ਬਾਬਾ ਜੀ ਇਹ ਵੇਲਾ ਵਾਪਸ ਆ ਗਿਆ ਰਹਿਮਤੁਲਾਹੀ ਵ ਬਰਕਾਤਹੁ ਵਾਪਸ ਨਹੀਂ ਆਇਆ ਹਾਂਜੀ ਇਹ ਘੱਟੋ ਘੱਟ 18 ਸਾਲ ਚੱਲਿਆ ਵੇਲਣਾ ਅੱਛਾ ਗਰੰਟੀ ਦਿੱਤੀ ਸੀ 10 ਸਾਲ ਅੱਛਾ ਠੀਕ ਹੈ ਇਹ ਉਹਨਾਂ ਦੀ ਕਤਾਈ ਦੀ ਵਜ੍ਹਾ ਤੋਂ ਆ ਇੱਕ ਡੱਬੀ ਟੁੱਟ ਗਈ ਅੱਛਾ ਕਿੰਨੇ ਸਾਲਾਂ ਬਾਅਦ ਇਹ 18 ਸਾਲ ਚੱਲਿਆ ਪੂਰੇ 18 ਸਾਲ ਇਹਦੀਆਂ ਗਰਾਰੀਆਂ ਵੇਖ ਲਓ ਇਹਦੇ ਵੀਲੇ ਦੇਖ ਲਓ ਅੱਜ ਪਤਾ ਲੱਗ ਗਿਆ ਤੁਸੀਂ ਜਿਹੜਾ ਗਰੰਟੀ ਦਿੰਦੇ ਹੋ ਨਾ ਇਹ ਚੀਜ਼ ਦੇਖ ਲਓ ਤੁਹਾਨੂੰ ਪਤਾ ਲੱਗ ਜਾਏਗਾ ਇਹ 18 ਸਾਲ ਚੱਲਿਆ ਪੂਰੇ 18 ਸਾਲ 18 ਸਾਲ ਚੱਲ ਗਏ ਉਹਨੂੰ ਅਸੀਂ ਗਾਹਕ ਨੂੰ ਕਿਹਾ ਵੇਲਣਾ ਦੇ ਦੇ ਤੇ ਹੋਰ ਲੈ ਲਾ ਉਹਨੇ ਕਹਾ ਮੈਂ 3 ਬੱਚੀਆਂ ਦੀ ਸ਼ਾਦੀ ਕੀਤੀ ਇਹਦੇ ਨਾਲ ਅੱਛਾ 2 ਦੁਕਾਨਾਂ ਬਣਾਈਆਂ ਇਹ ਮੇਰਾ ਹਜ਼ਾਰ ਹੈ ਮੈਂ ਇਹਨੂੰ ਕਿਉਂ ਵੇਚਾਂ ਤੇ ਹੁਣ ਸਾਡੇ ਕੋਲ ਡੱਬੀ ਪੈਣ ਵਾਸਤੇ ਆਇਆ ਕਿਹੜੀ ਬਾਬਾ ਜੀ ਡੱਬੀ ਆ ਡੱਬੀ ਆ ਡੱਬੀ ਟੁੱਟ ਗਈ ਇਹ ਪੈਣ ਵਾਸਤੇ ਆਇਆ ਪਹਿਲੇ ਉਹ ਬਾਜ਼ਾਰ ਗਿਆ ਬਾਜ਼ਾਰ ਵਾਲਿਆਂ ਕਿਸੇ ਨੇ 5000 ਮੰਗਿਆ ਕਿਸੇ ਨੇ 6000 ਮੰਗਿਆ ਮੈਂ 1200 ਰੁਪਇਆ ਸਿਰਫ ਉਹਨਾਂ ਕੋਲ ਲੈਣਾ ਤੇ ਆ ਡੱਬੀ ਪਾ ਕੇ ਦੇਣੀ ਹੈ ਤੇ ਮੇਰਾ ਬਣਿਆ ਜੀ ਆ ਵੇਖੋ ਮੇਰੀ ਮੋਹਰ ਦੇਖਦੇ ਪਏ ਜੇ मर्जी वेलना फ्री ले लो चूरन सीदा तो आया यार बाबा जी ने वाकई गल सही की मोर नू साफ करके वेखो तुहानू पता लग जाएगा भी ये मेरा बनिया कि बाबा जी गरारियां ने लिखिया थल्ले वाकई नहीं घसियां हां जी इन्ने साल चल के हां जी नासर कादरी मेरा नाम लिखिया ते इनू साफ करो और टाकी मंगा मुंडिया और टाकी ये लो गोगड़ ते जरूर पार्टी होनी इनू घुमाओ ना ना जिद्दां मर्जी देखो घुमाओ ना जरा इनू मियां जी जिद्दां मर्जी देखो मैं कहा भी ये गोगड़ नू कुछ होया वे ते तुहानू मैं वेलना फ्री दे देना वा अगले बाजार मशीन रंग रुंग कीतिया वा अगले जने ना इन्ने च खुश हो जाते भी रंग बहुत वधिया आया माल मटीरियल नू वेंदे ही नहीं देखो की लिखिया उ मैनू लगदी गरारी घसी होई भाजी जान दो तुसीं एवें गुस्सा चढ़ाई जान दे जे मैनू दिखाओ हाजर तुहानू कहा जे घसी होएगी तो तुहानू वेलना फ्री दे देना वा ਤੁਸੀਂ ਭਾਵੇਂ YouTube ਵੱਲੋਂ ਆਏ ਤੇ ਭਾਵੇਂ YouTube ਵੱਲੋਂ ਆਏ ਹਾਂ ਜੀ ਬਾਅਦ ਉਦਾਂ ਦੀ ਉਦਾਂ ਵਾ ਗਰਾਰੀ ਹਾਂ ਜੀ ਇਹ ਤੇ ਫਰਕ ਆ ਮੈਨੂੰ ਲੱਗਦਾ ਕਸੀ ਆ ਭਾਈ ਇਹ ਵੀ ਇੱਕ ਦਿਖਾ ਦਿੰਨੇ ਤੁਹਾਨੂੰ ਦੇਖੋ ਵਾਹ ਭਾਈ ਵਾਹ ਬਾਬਾ ਜੀ ਇਹ ਮੇਰੇ ਗੱਲਾਂ ਕਰਨ ਦੇ ਜੇ ਗੁੱਸਾ ਚੜਾਉਣ ਵਾਲੀਆਂ ਨਹੀਂ ਨਹੀਂ ਬਾਬਾ ਜੀ ਗੁੱਸਾ ਚੜਾਉਣ ਵਾਲੀ ਸਵੇਰੇ ਨਾ ਆਇਆ ਕਰੋ ਪਿਛਲੇ ਟਾਈਮ ਆਇਆ ਕਰੋ ਸਵੇਰੇ ਸਵੇਰੇ ਰੋਜ਼ੀ ਦਾ ਟਾਈਮ ਹੁੰਦਾ ਰੋਜ਼ੀ ਦੇ ਮੱਥੇ ਲੱਗਣਾ ਹੁੰਦਾ ਵਾ ਤੇ ਤੁਸੀਂ ਪਿਛਲੇ ਟਾਈਮ ਆਇਆ ਕਰੋ ਅੱਛਾ ਹਾਂ ਜੀ ਨਹੀਂ ਤੇ ਬਾਬਾ ਜੀ ਅਸੀਂ ਤੇ ਤੁਹਾਡੇ ਬਿਜ਼ਨਸ ਨੂੰ ਬੂਸਟ ਦੇ ਰਹੇ ਆ ਅੱਲਾ ਦੀ ਰਹਿਮਤ ਨਾਲ ਉੱਪਰ ਮਾਲਕ ਬੈਠਾ ਵਾ ਜਿੰਨੇ ਰਿਜ਼ਕ ਦੇਣਾ ਵਾ ਠੀਕ ਹੈ ਨਹੀਂ ਹਾਂਜੀ ਤੇ ਬਾਬਾ ਜੀ ਇਹ ਜਿਹੜਾ ਵੇਲਣਾ ਵਾ ਹਾਂਜੀ ਇਹ ਹੁਣ ਉਦੋਂ ਕਿੰਨੇ ਦਾ ਦਿੱਤਾ ਸੀ ਬਣਾ ਉਦੋਂ ਇਹਨਾਂ ਨੂੰ ਮੈਂ ਦਿੱਤਾ ਸੀਗਾ 40000 ਰੁਪਏ ਦਾ ਅੱਛਾ ਹੁਣ ਇਹਦੇ ਨਾਲ ਦਾ ਵੇਲਣਾ ਬਣਦਾ 1,20,000 ਦਾ ਅੱਛਾ ਜੇ ਹੁਣ ਦੋ ਮੰਗਾਈ ਹਾਂਜੀ 1,20,000 ਦਾ ਬਣੇਗਾ ਇਹਦੇ ਨਾਲ ਦਾ ਹਾਂ ਤੇ ਜਿਹੜਾ ਇਹ ਤੋਂ ਨਾਰਮਲ ਹੈਗਾ ਉਹ ਤੁਹਾਨੂੰ 85,000 ਦਾ ਵੀ ਮਿਲ ਜਾਏਗਾ 90,000 ਦਾ ਵੀ ਮਿਲ ਜਾਏਗਾ ਬਾਬਾ ਜੀ ਆ ਤੇ ਡੱਬਾ ਤੇ ਮੈਂ ਕਹਿੰਦਾ ਜ਼ਬਰਦਸਤ ਲਾਇਆ ਦਾ ਵਜ਼ਨ ਕਿੰਨਾ ਸੀ ਇਹਦਾ ਵਜ਼ਨ 200 ਕਿਲੋ ਤੋਂ ਉੱਤੇ ਆ ਅੱਛਾ ਹਾਂਜੀ ਇਹਨੂੰ ਦੇਖੀਏ ਜੀ ਇਹ ਵੇਲਣਾ ਬਾਬਾ ਜੀ ਦਾ ਬਣਿਆ ਆਇਆ ਜੀ ਤੇ ਕਹਿੰਦੇ ਜੀ 18 ਸਾਲ ਚੱਲ ਕੇ ਆਇਆ ਵਾ ਤੇ ਮੈਂ ਚੈੱਕ ਕਰ ਰਿਹਾ ਵਾ ਕਿ ਇਹਦੇ ਕੋਈ ਮਸਲਾ ਮਸਾਇਲ ਤੇ ਨਹੀਂ ਤੇ ਮੈਂ ਤੇ ਕੋਈ ਮਸਲਾ ਮਸਾਇਲ ਨਹੀਂ ਵੇਖਿਆ ਨਾ ਗੋਗੜਾ ਦੇ ਵਿੱਚ ਤੇ ਨਾ ਗਰਾਰੀਆਂ ਦੇ ਵਿੱਚ ਇੱਕ ਮਸਲਾ ਆਇਆ ਸਾਹਮਣੇ ਇਹਦਾ खिलारता बहुता कास्ता वजह टूट गई चलो वधिया हो गया।
हाँ जी बस ठीक है, करिए काम कोई। हाँ चलो मेहरबानी जी, अस्सलाम वालेकुम। या यूं बरहमत कास्ता गई तो ठीक।